ਵੀ ਨਹੀਂ ਹੁਣ ਮੈਨੂੰ ਲੋੜ ਤੇਰੀ ਕਿੰਨੀ ਬਸ ਕਹਿ ਲੈ ਲੋੜ ਮਰੇ ਪੈਨੂੰ ਸਾਹਾਂ ਦੀ ਏ ਜਿੰਨੀ ਤੇਰੀ ਖੁਸ਼ੀ ਮੈਂ ਟ੍ਰੂ ਮੇਕਰ ਨਾਲ ਬਲਰਾਜ ਦਾ ਸਮਥਿੰਗ ਸਮਥਿੰਗ ਨਾ ਇਹ ਕੰਮ ਨਹੀਂ ਹੈਗਾ ਮੁੜ ਕੇ ਮੁੜ ਕੇ ਦਨ ਸ਼ੈਤਾਨ ਸਿੰਘ ਜੀ ਤੁਸੀਂ ਤੁਹਾਨੂੰ ਇਕੱਠੀ ਮਿਲੇ ਸੀਗੇ ਜੀ ਮੈਂ ਪਹਿਲਾਂ ਇਹਨਾਂ ਦੇ ਮਿਲਣ ਤੋਂ ਪਹਿਲਾਂ ਬਲਰਾਜ ਬਿਲਜੀ ਨੂੰ ਮਿਲਿਆ ਸੀਗਾ ਅਸੀਂ ਇੱਕ ਸ਼ੂਟ ਤੇ ਮਿਲੇ ਸੀਗੇ ਜੀ ਇਹਨਾਂ ਨੇ ਮੈਨੂੰ ਕਾਲ ਕੀਤੀ ਵੀ ਆਪਾਂ ਮਿਲਦੇ ਆਂ ਅਸੀਂ ਕੋਈ ਗਾਣਾ ਬਣਾਉਣਾ ਜਾਨ ਤੇ ਬਣੀ ਇੱਥੇ ਜਾਨੂੰ ਬਣ ਗਿਆ ਸੀ ਉਦੋਂ ਪਹਿਲਾਂ ਸਾਡਾ ਇੱਕ 3 ਸਾਲਾਂ ਦਾ ਪਿਆਰ ਸੀ ਅਸੀਂ ਉਹ ਮੇਰੇ ਹੋਰ ਵੀ ਬਹੁਤ ਵੱਡੇ ਵੱਡੇ ਫਨਕਾਰਾਂ ਦੀ ਆਵਾਜ਼ ਚ ਕਿ ਬੇਸਿਕਲੀ ਇਹ ਸਿੱਖਿਆ ਹੋਇਆ ਇਹਨੂੰ ਲਿਖਣਾ ਆਉਂਦਾ ਸੋ ਚਲੋ ਇੱਕ ਇੱਕ ਸਵਾਲ ਬਿਗ ਬਾਸ ਲਵਰ ਕੌਣ ਹੈ ਦਮਾ ਕੀ ਉਹਨਾਂ ਨੇ ਇਹ ਨਾ ਪਤਾ ਬਾਹਰ ਆ ਕੇ ਹੈ ਨਾ ਤੇ ਮੇਰੇ ਕੋਈ ਅਜੀਬ ਬਿਲਕੁਲ ਸਹੀ ਹੈ ਤੁਸੀਂ ਰਮਨ ਜੀ ਹੋ ਗਈ ਆ ਮੇਰੇ ਕੋਈ ਖਾਸ ਅਜੀਬ ਨੇ ਉਹ ਦੇਖ ਰਹੇ ਨੇ ਉਹ ਇਹਨਾਂ ਨੇ ਸਾਡੇ ਸਟੂਡੀਓ ਆ ਕੇ ਗਾਣਾ ਗਾਇਆ ਸੀ ਪਤਾ ਆਪਣਾ ਪਾਗਲ ਗਾਣਾ ਲਿਖਿਆ ਜਿਹੜਾ ਨਹੀਂ ਨਹੀਂ ਸਾਡਾ ਰਾਗ ਬਗੜਦਣਾ ਜੀ ਫਿਰ ਮੈਂ ਜਿੰਨੇ ਕੋਲੇ ਨੇ ਉੱਕਣ ਨਹੀਂ ਗਾਉਂਦੇ ਕਿ ਜੀ ਰਮਨ ਜੀ ਹੋ ਗਈ ਆ ਮੇਰੇ ਕਰਕੇ ਚੰਦਰੀ ਜਈ ਗੱਲ ਗੱਲ ਤੇ ਖੜ ਜਾਵੇ ਅੱਖ ਭਰ ਕੇ ਚੰਦਰੀ ਜਈ ਰੱਬ ਜਾਣਦਾ ਏ ਤੂੰ ਕੀ ਐ ਮੇਰੇ ਲਈ ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲ ਚਿਣਿਆ ਉਹ ਮੈਨੂੰ ਪੁੱਛਦੀ ਰਹਿੰਦੀ ਆ ਮੈਨੂੰ ਕਿੰਨਾ ਪਿਆਰ ਕਰੇ ਮੈਂ ਹੱਸ ਕੇ ਕਹਿ ਦੇਵਾਂ ਉਹ ਕਦੇ ਗਿਣਿਆ ਮਿਣਿਆ ਮੈਂ ਸੜਕੇ ਰਾਖ ਬਣ ਗਈ ਤੇਰੀ ਅੱਖ ਦੇ ਮੂਰੇ ਵੇ ਤੂੰ ਨਦੀ ਲੈਉਣ ਦੀਆਂ ਓ ਮੈਨੂੰ ਹਾਮੀਆਂ ਪਰਦਾ ਰਿਆ ਇਹ ਦੁੱਖ ਤਾਂ ਮੇਰੇ ਨੇ ਮੇਰੇ ਸੀ ਕੱਲੀ ਦੇ ਵੇ ਤੂੰ ਤਾਂ ਐਵੇਂ ਹੀ ਯਾਰਾ ਵਸ ਦਿਖਾਵੇ ਕਰਦਾ ਰਿਆ ਕੀ ਬਾਤ ਹੈ ਸਸ਼ੇਗਲ ਜੀ ਮੈਂ ਹਮਨਪ੍ਰੀਤ ਖੁੱਲਰ ਤੇ ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਤੇ ਮੈਂ ਤੁਹਾਨੂੰ ਦੱਸਦਾ ਅੱਜ ਮੇਰੇ ਨਾਲ ਉਹ ਟ੍ਰਾਇੰਗਲ ਮੌਜੂਦ ਹੈ ਜਿਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਸੋ ਬਲਰਾਜ ਨੇ ਗਾਣਾ गा ਕੇ ਸੁਣਾ ਦਿੱਤਾ ਤੁਹਾਨੂੰ ਪਤਾ ਲੱਗ ਗਿਆ ਜੀ ਮੇਰੇ ਨਾਲ ਬਲਰਾਜ ਹੈਗੇ ਨੇ ਸਿੰਘਜੀਤ ਹੈਗੇ ਨੇ ਤੇ ਜੀ ਗੁਰੀ ਮੇਰੇ ਨਾਲ ਮੌਜੂਦ ਨੇ ਸੋ ਬਲਰਾਜ ਦੇ ਜਿੰਨੇ ਵੀ ਗਾਣੇ ਹੁੰਦੇ ਨੇ ਜੀ ਸਿੰਘਜੀਤ ਲਿਖਦੇ ਨੇ ਔਰ ਇਹ ਮਿਊਜ਼ਿਕ ਦਿੰਦੇ ਨੇ ਜੀ ਸੋ ਬਹੁਤ ਬਹੁਤ ਸਵਾਗਤ ਹੈ ਸਪੋਕਸਮੈਨ ਵਿਡੇ ਸਭ ਤੋਂ ਪਹਿਲਾਂ ਹੀ ਰੋਜ਼ਾਨਾ ਸਪੋਕਸਮੈਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਿਆ ਸੋ ਬਲਰਾਜ ਨਾਲ ਵੀ ਅਸੀਂ ਏਸੇ ਤਰ੍ਹਾਂ ਹੀ ਗੱਲਾਂ ਕੀਤੀਆਂ ਸੀ ਸਿੰਘਜੀਤ ਨਾਲ ਤਾਂ ਕੀਤੀਆਂ ਹੀ ਕੀਤੀਆਂ ਸੀ ਸੋ ਜੀਗੁਰੀ ਦੇ ਨਾਲ ਅਸੀਂ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਸੋ ਤੁਹਾਡੇ ਪਹਿਲਾਂ 뮤직 ਡਾਇਰੈਕਸ਼ਨ ਦੇ ਕਰੀਅਰ ਬਾਰੇ ਸਪੋਕਸਮੈਨ ਦੇ ਵਿਊਅਰਸ ਜਾਨਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਕਿ ਇਹ ਹਾਰਮੋਨੀਅਮ ਸਭ ਤੋਂ ਵੱਡੀ ਐਗਜ਼ਾਮਪਲ ਪਈ ਹੈ ਸਾਡੇ ਸਾਹਮਣੇ ਜਿਹਦੇ ਤੋਂ ਤੁਹਾਡਾ ਕਰੀਅਰ ਸਟਾਰਟ ਹੋਇਆ ਸੀ ਇਹਦੇ ਬਾਰੇ ਕੁਝ ਦੱਸੋ ਬਿਲਕੁਲ ਜੀ ਜਿਦਾਂ ਮੈਂ ਪਹਿਲਾਂ ਵੀ ਇੰਟਰਵਿਊ ਚ ਦੱਸਿਆ ਕਾਫੀ ਵਾਰ ਹੈ ਨਾ ਜੀ ਤੇ ਸਾਡੇ ਪਿੰਡ ਇੱਕ ਮੁੰਡਾ ਐਦਾਂ ਹਾਰਮੋਨੀਅਮ ਵਜਾਂਦਾ ਸੀ ਤੇ ਉਹਨੂੰ ਦੇਖ ਕੇ ਮੈਨੂੰ ਸ਼ੌਂਕ ਹੋਇਆ ਵੀ ਜੀ ਕਿ ਵੀਟਲ ਮੈਂ ਸਿਕਰਾਨਾ ਨੂੰ ਨਹੀਂ ਪਾਠੀ ਤਾਂ ਨਹੀਂ ਭਾਈ ਨਹੀਂ ਪਾਠੀ ਨਹੀਂ ਜੀ ਅੱਛਾ ਤੇ ਉੱਥੇ ਮੈਂ ਹੈਗਾ ਆਪਣੇ ਪਿੰਡ 'ਚ ਹੀ ਬੰਦਾ ਤੇ ਉਹਨੂੰ ਦੇਖ ਕੇ ਜੀ ਮੈਨੂੰ ਸ਼ੌਂਕ ਪਿਆ ਤੇ ਫਿਰ ਆਪਾਂ ਹੌਲੀ ਹੌਲੀ ਸ਼ੁਰੂ ਹੁੰਦੇ ਹੁੰਦੇ ਤੇ ਇੱਥੇ ਤੱਕ ਆ ਗਏ ਮੇਰਾ ਪਹਿਲਾ ਅਕਸਰ ਪਿੰਡਾ ਜਿੱਦਾ ਹੁੰਦਾ ਸੀ ਨਾ ਭਾਈ ਗੁਰੂ ਘਰ ਦੇ ਵਿੱਚ ਜਦੋਂ ਪਾਠੀ ਸਾਡੇ ਪਿੰਡ ਵੀ ਗੁਰੂ ਘਰ 'ਚ ਪਾਠੀ ਸਿੰਘ ਸੀਗੇ ਹਾਂਜੀ ਹਾਂਜੀ ਅਸੀਂ ਵੀ ਉਹਨਾਂ ਦੇ ਕੋਲੇ ਜਾਂਦੇ ਹੁੰਦੇ ਸੀ ਸਾਨੂੰ ਤਾਂ ਪਤਾ ਹੀ ਉਦੋਂ ਲੱਗਾ ਕਿ ਹਾਰਮੋਨੀਅਮ ਵੀ ਕੋਈ ਇਹਦੇ ਵਿੱਚੋਂ ਵੀ ਕੋਈ ਆਵਾਜ਼ ਆਉਂਦੀ ਆ। ਜੀ ਸਾਡੇ ਨਾਲ ਉੱਤੇ ਮੇਰੇ ਮਤਲਬ ਡਰਾਮਾ ਟੈਕ ਕਲੱਬ ਸੀਗਾ ਸਾਡੇ ਪਿੰਡ ਦਾ। ਹਾਂਜੀ। ਉਹਨਾਂ ਦੇ ਨਾਲ ਮਤਲਬ ਸੀਗਾ ਉਹ ਬੰਦਾ ਪਲੇ ਕਰਦਾ ਸੀਗਾ ਸਾਡੇ ਤੇ ਉਹਨੂੰ ਦੇਖ ਕੇ ਜੀ ਮੈਨੂੰ ਸ਼ੌਕ ਆ ਤੇ ਆਪਾਂ ਵੀ ਹੌਲੀ ਹੌਲੀ ਅੰਦਰ ਆ ਗਏ। ਕੀ ਬਾਤ ਹੈ। ਸੋ ਮਿਊਜ਼ਿਕ ਡਾਇਰੈਕਸ਼ਨ ਦੇ ਕੈਰੀਅਰ ਬਾਰੇ ਤਾਂ ਤੁਸੀਂ ਦੱਸ ਦਿੱਤਾ। ਪਰ ਇਹ ਜਿਹੜਾ ਟ੍ਰਾਇੰਗਲ ਅੱਜ ਇੱਥੇ ਮੌਜੂਦ ਹੈਗਾ ਇਹਦੇ ਬਾਰੇ ਵੀ ਕੁਝ ਦੱਸੋਗੇ ਕਿ ਕਿਸ ਤਰ੍ਹਾਂ ਮਿਲਣ ਦਾ ਸਬਬ ਬਣਿਆ ਤਿੰਨ ਤੁਹਾਡਾ ਤਿੰਨਾਂ ਦਾ? ਇਹ ਟ੍ਰਾਇੰਗਲ ਜੀ ਜਦੋਂ ਬਲਰਾਜ ਵੀਰਾ ਮੈਂ ਜਦੋਂ ਪਹਿਲੀ ਵਾਰ ਵੀਰੇ ਨੂੰ ਮਿਲਿਆ ਤੇ ਅਸੀਂ ਗਾਣਾ ਰਿਲੀਜ਼ ਕੀਤਾ ਤੇ ਉਹ ਗਾਣਾ ਸੁਣ ਕੇ ਵੀਰੇ ਨੇ ਮੈਨੂੰ ਕਾਲ ਕੀਤੀ ਤੇ ਇੱਕ ਗਾਣਾ ਸੀ ਜਿਹੜਾ ਬਣਾਇਆ ਸੀ ਜਾਨ ਤੇ ਬਣੀ ਤੇ ਪਹਿਲਾ ਸਾਡਾ ਗਾਣਾ ਸੀ ਵੀਰੇ ਨਾਲ ਹਨਾ ਜੀ ਦਿਲਜੀਤ ਚਿੱਟੀ ਦਾ ਸੋਤੋਵਾਰ ਸਿੰਘ ਜੀ ਤੇ ਨਾਲ ਅਸੀਂ ਸਾਰੇ ਇਕੱਠੇ ਸਟੂਡੀਓ 'ਚ ਤੇ ਹੁਣ ਤੱਕ ਜੀ ਸਬਰ ਸਾਡਾ ਚੱਲ ਰਿਹਾ ਜੀ ਵੈਸੇ ਅੱਜ ਵੀ ਤੜੀ ਇਕੱਠੇ ਹੋਏ ਆ ਨਵਾਂ ਗਾਣਾ ਬਣਾ ਰਹੇ ਸੀ ਮੈਂ ਕੀ ਬਾਤ ਹੈ ਸੋ ਸਿੰਘ ਜੀ ਤੁਸੀਂ ਕਦੋਂ ਮਿਲੇ ਸੀ ਇਹਨਾਂ ਨੂੰ ਪਤਾ ਕੀ ਅਸੀਂ ਦੋਨੋਂ ਇਕੱਠੇ ਮਿਲੇ ਸੀਗੇ ਜੀ ਮੈਂ ਪਹਿਲਾਂ ਇਹਨਾਂ ਦੇ ਮਿਲਣ ਤੋਂ ਪਹਿਲਾਂ ਬਲਰਾਜ ਬਿਲਜੀ ਨੂੰ ਮਿਲ ਲਿਆ ਸੀਗਾ ਅਸੀਂ ਇੱਕ ਸ਼ੂਟ ਤੇ ਮਿਲੇ ਸੀਗੇ ਜੀ ਤੇ ਇਹਨਾਂ ਨੇ ਮੈਨੂੰ ਕਾਲ ਕੀਤੀ ਵੀ ਆਪਾਂ ਮਿਲਦੇ ਆਂ ਅਸੀਂ ਕੋਈ ਗਾਣਾ ਬਣਾਉਣਾ ਜੀ ਜਾਨ ਤੇ ਬਣੀ ਇੱਥੇ ਜਾਨੂੰ ਬਣ ਗਿਆ ਸੀ ਉਦੋਂ ਪਹਿਲਾਂ ਸਾਡਾ ਇੱਕ 3 ਸਾਲਾਂ ਦਾ ਪਿਆਰ ਸੀ ਅਸੀਂ ਉਹ ਕਰ ਲਿਆ ਸੀਗਾ ਜੀ ਫਿਰ ਉਸ ਤੋਂ ਬਾਅਦ ਇਕੱਠੇ ਹੋਏ ਚ ਸਿੰਘਜੀਤ ਨੇ ਲਿਖੇ ਤੁਸੀਂ ਮਿਊਜ਼ਿਕ ਦਿੱਤਾ ਔਰ ਇਹਨਾਂ ਨੇ ਗਾਏ ਇੰਨਾ ਕਿ ਲੋਕਾਂ ਨੇ ਪਿਆਰ ਦਿੱਤਾ ਇੰਨਾ ਪਰਵਾਹ ਹੁੰਗਾਰਾ ਮਿਲਿਆ ਸੋ ਆਈ ਥਿੰਕ ਅੱਜ ਵੀ ਕੋਈ ਨਵੇਂ ਗਾਣੇ ਦੀ ਪ੍ਰੈਪਰੇਸ਼ਨ ਹੋ ਰਹੀ ਹੈ ਕੋਈ ਨਵਾਂ ਗਾਣਾ ਡੱਬ ਹੋ ਰਿਹਾ ਹੈ ਬਿਲਕੁਲ ਬਿਲਕੁਲ ਜੀ ਕੀ ਲੈ ਕੇ ਆ ਰਹੇ ਹੋ ਗਾਣੇ ਤਾਂ ਜੀ ਬਹੁਤ ਹੋਏ ਪਏ ਆ ਜੀ ਤੇ ਅੱਜ ਵੀ ਅਸੀਂ ਕਿ ਨਵਾਂ ਗਾਣੇ ਦੀ ਕੰਪੋਜ਼ ਹੋਣੀ ਕਰਕੇ ਛੱਡੇ ਆ ਸੋ ਬਹੁਤ ਜਲਦੀ ਤੁਹਾਡੇ ਕੋਲ ਲੈ ਕੇ ਆਵਾਂਗੇ ਜੀ ਜੀ ਗਾਣਾ ਬਹੁਤ ਵਧੀਆ ਜੀ ਉਹ ਸਿੰਘਜੀਤ ਦਾ ਲਿਖਿਆ ਤੇ ਗੁਰੀਬਾਈ ਨੇ ਮਿਊਜ਼ਿਕ ਕੀਤਾ ਉਹਦਾ ਗਾਣੇ ਦਾ ਕੰਪੋਜ਼ ਵੀ ਇਹ ਕਰਦੇ ਆ ਕਿ ਵੱਡੀ ਗੱਲ ਹੁੰਦੀ ਆ ਮਿਊਜ਼ਿਕ ਡਾਇ ਨਹੀਂ ਬਾਕੀ ਤਾਂ ਰਿੰਜਰ ਹੀ ਹੁੰਦੇ ਨਾ ਸਾਰੇ ਬਜਟ ਹੁਰਕੀਆਂ ਦਾ ਸਾਰੇ ਪਜਾ ਲੈਂਦੇ ਆ ਤੇ ਅਸਲ ਚ 뮤직 ਡਾਇਰੈਕਟਰ ਉਹ ਹੁੰਦਾ ਮੈਨੂੰ ਕਿਉਂਕਿ ਗੁਰੂਜੀ ਆਹੂਜਾ ਸਾਹਿਬ ਚਰਨਜੀਤ ਹੋਜਾ ਸਾਹਿਬ ਉਹਨਾਂ ਤੋਂ ਬਾਅਦ ਜੇ ਕੋਈ 뮤직 ਡਾਇਰੈਕਟਰ ਲੱਗਾ ਅਸਲ ਚ 뮤직 ਡਾਇਰੈਕਟਰ ਉਹ ਹੀ ਹੁੰਦਾ ਜਿਹੜਾ ਗਾਣੇ ਨੂੰ ਕੰਪੋਜ਼ ਕਰਦਾ ਉਹ ਬਾਈ ਜੀ ਗੁਰੇ ਸਾਹਿਬ ਨੇ ਸੋ ਇਹਨਾਂ ਦੇ ਨਾਲ ਟਿਊਨਿੰਗ ਸਾਡੀ ਕਹਿ ਲਓ ਮਿਲ ਗਈ ਭਾਗ ਸਾਡੇ ਰਲ ਗਿਆ ਦਾਣਾ ਪਾਣੀ ਦੀ ਸਾਂਝ ਇੱਥੇ ਪੈ ਗਈ ਹੁਣ ਹਫਤੇ ਬਾਅਦ ਦਸੀ ਦਿਨੀ ਅੱਜ ਵੈਸੇ ਅਸੀਂ 15 ਦਿਨਾਂ ਬਾਅਦ ਬਹੁਤ ਦਿਨਾਂ ਬਾਅਦ ਮਿਲੇ ਆ ਨਹੀਂ ਤਾਂ ਹਫਤੇ 'ਚ ਇੱਕ ਮੀਟਿੰਗ ਤਾਂ ਹੁੰਦੀ ਆ ਡੈਫੀਨਿਟਲੀ ਕਿਉਂਕਿ ਆਲਰੇਡੀ ਅ ਕਟੋ-ਕਟ 40-50 ਗਾਣੇ ਅਸੀਂ ਬਣਾ ਕੇ ਰੱਖੇ ਆ ਅ ਦੋ-ਤਿੰਨ ਕੰਪਨੀ ਨਾਲ ਸਾਡੀ ਆਲਰੇਡੀ ਡੀਲਿੰਗ ਦੀ ਗੱਲ ਚੱਲਦੀ ਆ ਬੈਕ ਟੂ ਬੈਕ ਜਲਦੀ ਗਾਣੇ ਲੈ ਕੇ ਆਵਾਂਗੇ ਜੀ ਸੋ ਅ ਗਾਣਾ ਇੱਕ ਸਿੰਗਰ ਤਾਂ ਹੀ गा ਸਕਦਾ ਜੇ ਮਿਊਜ਼ਿਕ ਡਾਇਰੈਕਟਰ ਨੇ ਉਹਨੂੰ ਕੰਪੋਜ਼ ਕਰਕੇ ਚੰਗੀ ਤਰ੍ਹਾਂ ਤਰਜ ਦਸੀ ਹੋਏਗੀ ਤੇ ਰਾਈਟਰ ਨੇ ਤਾਂ ਚਲੋ ਲਿਖ ਕੇ ਦੇਤਾ ਆਪਣਾ ਕੰਮ ਕਰਤਾ ਹੈਨਾ ਤੇ ਸੋ ਮੈਂ ਵਿਸ਼ ਕਰਦੀ ਆ ਕੋਈ ਅਜਿਹੇ ਗਾਣਾ ਤੁਸੀਂ ਤਿੰਨੋਂ ਇੱਕ ਵਾਰ ਸੁਣਾ ਦਿਓ ਜਿਹੜਾ ਥੋੜਾ ਤਿੰਨਾਂ ਦਾ ਵੀ ਫੇਵਰਟ ਹੋਵੇ ਔਰ ਲੋਕਾਂ ਨੂੰ ਲੱਗੇ ਉਹਨੂੰ ਪਰਵਾ ਹੁੰਗਾਰਾ ਮਿਲਿਆ ਵੈਸੇ ਤਾਂ ਲਿਸਟ ਲੰਬੀ ਹੋਊਗੀ ਨਹੀਂ ਵੈਸੇ ਇੱਕ ਗੱਲ ਆ ਜੀ ਅਸਲ 'ਚ ਗਾਣੇ ਦੀ ਨੀਂਹ ਰੱਖੀ ਜਾਂਦੀ ਰਾਈਟਰ ਤੋਂ ਜੀ 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 ਕਿਉਂਕਿ ਜੇ ਗਾਣੇ ਦੇ ਕਹਿੰਦੇ ਜਦੋਂ ਘਰ ਬਣਾਉਨੇ ਆ ਜੇ ਉਹਦੀ ਨੀਂਹ ਮਾੜੀ ਹੋਵੇ ਹੈਨਾ ਤੇ ਫਿਰ ਘਰ ਬਹੁਤਾ ਸ ਇਹ ਨਹੀਂ ਕਿ ਮੇਰੇ ਨਾਲ ਬੈਠਾ ਮੇਰਾ ਛੋਟਾ ਅਜੀਜ਼ ਵੀ ਆ ਇੰਨਾ ਵੀ ਨਹੀਂ ਛੋਟਾ ਜਿਆਦਾ ਕਿਤੇ ਮੈਂ ਇਹ ਪੰਜਾਬੀ ਦਾ ਇਹ ਸਰਮੌਰ ਰਾਈਟਰ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਹਦੇ ਹੋਰ ਵੀ ਬਹੁਤ ਵੱਡੇ ਵੱਡੇ ਫਨਕਾਰਾਂ ਦੀ ਆਵਾਜ਼ ਕਿਉਂਕਿ ਬੇਸਿਕਲੀ ਇਹ ਸਿੱਖਿਆ ਹੋਇਆ ਇਹਨੂੰ ਲਿਖਣਾ ਆਉਂਦਾ ਤੇ ਉਸ ਤੋਂ ਬਾਅਦ ਗਾਣੇ ਤੋਂ ਬਾਅਦ ਫਿਰ ਗਾਣੇ ਦਾ ਕੰਪੋਜ਼ ਹੁੰਦਾ 뮤직 ਹੁੰਦਾ ਫਿਰ ਉਸ ਤੋਂ ਬਾਅਦ ਗਾਉਣਾ ਹੁੰਦਾ ਤਿੰਨਾ ਚੀਜ਼ਾਂ ਤੋਂ ਬਾਅਦ ਫਿਰ ਚੌਥੀ ਗੱਲ ਆਉਂਦੀ ਆ ਵੀਡੀਓ ਤੇ ਫਿਰ ਆਉਂਦੀ ਆ ਸਰੋਤਿਆਂ ਦੀ ਕਚਹਿਰੀ ਜਿਨ੍ਹਾਂ ਨੇ ਅਸਲੀ ਰਿਜ਼ਲਟ ਕੱਢਣਾ ਹੁੰਦਾ ਸੋ ਕੋਸ਼ਿਸ਼ ਕਰੀਦੀ ਅੱਜ ਤੱਕ ਜਿੰਨਾ ਵੀ ਸਿੰਘ ਜੀਤ ਨੇ ਲਿਖਿਆ ਜਾਂ ਮੈਂ ਜਿੰਨਾ ਕੋ ਗਾਇਆ ਜਾਂ ਇਹਨਾਂ ਨੇ ਜਿੰਨਾ ਕਿ ਇਹਨਾਂ ਨੇ 뮤직 ਬਣਾਇਆ ਅ ਹਮੇਸ਼ਾ ਹੀ ਸੋਚਿਆ ਕਿ ਕਦੀ ਵੀ ਇੰਨਾ ਬਲਗੇਰਿਟੀ ਵਾਲੇ ਪਾਸੇ ਨਹੀਂ ਆ ਸੀਗਾ ਉਹੀ ਗਾਣਾ ਗਾਇਆ ਮੈਂ ਜਿਹੜਾ ਅਸੀਂ ਪਰਿਵਾਰ ਵਿੱਚ ਬੈਠ ਕੇ ਦੇਖੀਏ ਸੁਣ ਸਕੀਏ ਸੋ ਕੋਸ਼ਿਸ਼ ਇਹੀ ਆ ਤੇ ਗੋਲੀਆਂ ਬੰਦੂਕਾਂ ਗੜਾਸਿਆਂ ਤੋਂ ਪਰਹੇਜ਼ ਰੱਖੀਏ ਸੋ ਇਦਾਂ ਦੇ ਗਾਣਿਆਂ ਦੀ ਦੀ ਇੱਥੇ ਬਹਿ ਕੇ ਕਿਉਂਕਿ ਮੈਨੂੰ ਅਜ ਤੱਕ ਕਦੀ ਇਹਨੇ ਕਦੀ ਵੀ ਇਦਾਂ ਦਾ ਕੋਈ ਬੰਦੂਕਾਂ ਵਾਲਾ ਗਾਣਾ ਨਹੀਂ ਸੁਣਾਇਆ ਕਹਿੰਦਾ ਹਾਲ ਤੱਕ ਮੈਂ ਲਿਖਿਆ ਹੀ ਨਹੀਂ ਤੋਂ ਕੋਸ਼ਿਸ਼ ਹੈ ਇਦਾਂ ਦੀ ਆ ਵੀ ਸਾਡੇ ਜਿੰਨੇ ਵੀ ਅਸੀਂ ਹੁਣ ਤੱਕ ਗਾਣੇ ਕੀਤੇ ਦਾ ਜਿੰਨੇ ਇੱਕ ਆਉਣੇ ਆ ਉਹ ਸਾਰੇ ਗਾਣਿਆਂ ਦਾ ਅਲੱਗ-ਅਲੱਗ ਟੇਸਟ ਹੋਊਗਾ ਅਲੱਗ-ਅਲੱਗ ਉਹਦਾ ਥਾਟ ਹੋਊਗਾ ਅਲੱਗ ਤਰ੍ਹਾਂ ਦਾ ਵੀਡੀਓ ਹੋਊਗਾ ਥੋਡੇ ਗਾਣੇ ਤਾਂ ਵੈਸੇ ਹੀ ਮਤਲਬ ਹਾ ਟੱਚਿੰਗ ਸੌਂਗਸ ਹੁੰਦੇ ਨੇ ਔਰ ਰਿਐਲਿਟੀ ਦਰਸਾਉਂਦੇ ਹੁੰਦੇ ਨੇ ਵੀਡੀਓਜ਼ ਵੀ ਮਤਲਬ ਐਸੇ ਤਰ੍ਹਾਂ ਹੀ ਹੁੰਦੇ ਨੇ ਸੋ ਸਰ ਥੋਡੇ ਤੇ ਆਉਣੀ ਮੈਂ ਕਿ ਮਿਊਜ਼ਿਕ ਡਾਇਰੈਕਸ਼ਨ ਮਤਲਬ ਬਹੁਤ ਇੱਕ ਵੱਖਰੀ ਔਰ ਮਤਲਬ ਕੀ ਕਮਾ ਮੈਨੂੰ ਕਿ ਇੱਕ ਗਾਣੇ ਦੀ ਨਹੀਂ ਰੱਖਣ ਵਾਲਾ ਕੰਮ ਹੈ ਜਿਵੇਂ ਇੱਕ ਰਾਈਟਰ ਦਾ ਕੰਮ ਹੁੰਦਾ ਹੈ ਹੈਨਾ ਸੋ ਉੱਥੇ ਮੈਂ ਵਾਪਸ ਘੁੰਮ ਕੇ ਆਉਣੀ ਆ ਤੁਹਾਡੇ ਗਾਣੇ ਪੰਜਾਬੀ ਇੰਡਸਟਰੀ ਚ ਹਰ ਮਤਲਬ ਸਿੰਗਰ ਨੇ ਮੈਂ ਬਾਹਰ ਦੇਖ ਹੀ ਰਹੀ ਸੀ ਪੋਸਟਰਸ ਲੱਗੇ ਹੋਏ ਨੇ ਆਲਮੋਸਟ ਹਰ ਸਿੰਗਰ ਗਾ ਚੁੱਕਾ ਹੈ ਗਾਣੇ ਸੋ ਲੈਂਸਰ ਔਰ ਜਸਸੀ ਗਿੱਲ ਦੇ ਗਾਣਿਆਂ ਤੋਂ ਬੇਸਿਕਲੀ ਬ੍ਰੇਕ ਮਿਲੀ ਸੀ ਕੀ ਕਹਿੰਦੇ ਹੋ ਹਾਂਜੀ ਜਸਸੀ ਗਿੱਲ ਤੋਂ ਮਤਲਬ ਉਸ ਤੋਂ ਪਹਿਲਾਂ ਯਵਰਾਜ ਸੀਗਾ ਇਹ ਮੁੰਡਾ ਜਿਹਨੇ ਮੈਨੂੰ ਮਤਲਬ ਬਹਿਣ ਜੀ ਹਾਂ ਮੈਂ ਇਸ ਲਾਈਨ ਦੇ ਵਿੱਚ ਲਿਆਂਦਾ ਸੋ ਪਹਿਲੀ ਐਲਬਮ ਉਹਦੀ ਸੀ ਜਸਸੀ ਨੇ ਜਸਸੀ ਨਾਲ ਫ ਤੇ ਬਾਲ ਲੱਗੇ ਨਹੀਂ ਹਲੇ ਵੀ ਚੱਲੀ ਜਾ ਰਹੇ ਵਧੀਆ ਹਾਂਜੀ ਸੋ ਗਾਣਾ ਮਿਸ ਹੋ ਗਿਆ ਅਸੀਂ ਤੇ ਇਹਨਾਂ ਤੋਂ ਗਾਣਾ ਸੁਣਨਾ ਸੀ ਇੱਕ ਕਿੰਨਾ ਪਹਿਲਾਂ ਤੁਹਾਡੀ ਆਵਾਜ਼ ਚ ਤਾਂ ਜਿੰਨੇ ਗਾਣੇ ਸੁਣੀ ਜੋ ਉਹਨੇ ਘਟਨੇ ਮੈਂ ਲਿਖਦਾ ਜੀ ਇਹ ਗਾਉਂਦੇ ਨੇ ਅੱਜ ਤਾਂ ਤੁਸੀਂ ਗਾਉਂਗੇ ਨਹੀਂ ਮੈਂ ਇਹਨਾਂ ਨੇ ਸਾਡੇ ਸਟੂਡੀਓ ਆ ਕੇ ਗਾਣਾ ਗਾਇਆ ਸੀ ਪਤਾ ਆਪਣਾ ਪਾਗਲ ਗਾਣਾ ਲਿਖਿਆ ਜਿਹੜਾ ਨਹੀਂ ਨਹੀਂ ਸਾਡਾ ਰਾਗ ਵਿਗਾੜ ਦਿੰਦਾ ਜੀ ਫਿਰ ਮੈਂ ਜਿਵੇਂ ਗਾਣੇ ਨੇ ਉੱਕਣ ਨਹੀਂ ਗਾਉਂਦੇ ਕਿ ਜੀ ਨਾ ਇਹਨਾਂ ਨੂੰ ਬੁਜਾਉਣਾ ਤਾਂ ਮੇਰੇ ਹਿਸਾਬ ਦੇ ਨਾਲ ਤਾਂ ਕਰਕੇ ਮੈਂ ਕੱਢ ਦੰਦਾ ਹੀ ਇਹਨਾਂ ਨੂੰ ਚਲੋ ਇੱਕ ਕੋਸ਼ਿਸ਼ ਇੱਕ ਮੇਰਾ ਗਾਣਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਮੇਰੀ ਆਸ਼ਕੀ ਉਹ ਗਾਣਾ ਮੈਂ ਬਾਈ ਗੁਰੀ ਨੇ ਕੰਪੋਜ਼ ਕਰ ਦੂੰਗਾ ਚਲੋ ਕਿਉਂਕਿ ਕਈ ਕਈ ਗਾਣਿਆਂ ਦੇ ਭਾਗ ਇਹ ਦਾ ਉਹ ਗਾਣਾ ਨਾ ਕਈ ਬਹੁਤ ਚਾਰ ਅਸੀਂ ਉਹੀ ਰੱਖੀ ਰੱਖਿਆ ਪਰ ਨਹੀਂ ਯਾਰ ਇਹਨੂੰ ਰਹਿਣ ਦਿੰਦੇ ਹਾਂ ਹਲੇ ਠੀਕ ਨਹੀਂ ਲੱਗਦਾ ਪਰ ਉਹ ਗਾਣਾ ਸਾਰਿਆਂ ਨੇ ਬਹੁਤ ਪਸੰਦ ਕੀਤਾ ਉਹ ਸਾਡੇ ਗਾਣੇ ਦੀ ਲਾਈਨਾਂ ਓ ਮੈਂ ਤਾਂ ਪਾਗਲ ਹਾਂ ਤੇਰੇ ਲਈ ਰਊਂਗਾ ਹੀ ਕਿ ਛੱਡਣਾ ਤੇਰੇ ਬਿਨਾਂ ਰਹਿ ਜਾਣਾ ਨਹੀਂ زندگی چو مینوں ਕੱਢਣਾ او ਤੈਨੂੰ ਪਤਾ ਵੀ ਨਹੀਂ ਹੁਣ ਮੈਨੂੰ ਲੋੜ ਤੇਰੀ ਕਿੰਨੀ ਬਸ ਕਹਿ ਲੈ ਲੋੜ ਮਰੇ ਪੈਨੂ ਸਾਹਾਂ ਦੀ ਏ ਜਿੰਨੀ ਤੇਰੀ ਖੁਸ਼ੀ ਮੁਰਿਆ ਕੇ ਸਭ ਹਰਦਾ ਜਿਦ ਰੋਬ ਕੋਈ ਨਾ ਤਰਲਾ ਪਿਆਰ ਦਾ ਦੇਖ ਲੈ ਜੇ ਸਰਦਾ ਹੰਜੂਆਂ ਤੇ ਜਾਣਾ ਉਹੀ ਕਰ ਸਜਣਾ ਜੋ ਦਿਲ ਤੇਰਾ ਕਰਦਾ ਕੀ ਬਾਤ ਹੈ ਗਾਣਾ ਤਿਆਰ ਤਾਂ ਤੁਸੀਂ ਤਿੰਨੋਂ ਕਰਦੇ ਹੋ ਜਦੋਂ ਵੀਡੀਓ ਡਾਇਰੈਕਟ ਹੁੰਦੀ ਹੈ ਲੋਕੇਸ਼ਨ ਜਿਹੜੀਆਂ ਫਾਈਨਲ ਹੁੰਦੀਆਂ ਨੇ ਉਹ ਕੌਣ ਫਾਈਨਲ ਕਰਦਾ ਹੈ ਉਹ ਆਪਣਾ ਵੀਡੀਓ ਡਾਇਰੈਕਟਰ ਦਾ ਕੰਮ ਹੈ ਜੀ ਇੱਥੇ ਸਿਰਫ ਅਸੀਂ ਗਾਣਾ ਵੀਡੀਓ ਡਾਇਰੈਕਟਰ ਸਾਡੀ ਗੀਤ ਸੁਣਦੇ ਨਹੀਂ ਹੁੰਦੇ ਕਿ ਬਹੁਤ ਦੁੱਖ ਹੁੰਦਾ ਜੀ ਕਿਉਂਕਿ ਨਾ ਜਦੋਂ ਗਾਣਾ ਲਿਖਦੇ ਆਂ ਉਹ ਇੱਕ ਕਰਦੀ ਸਮ ਵਿਜ਼ੂਅਲ ਬਣ ਜਾਂਦਾ ਨਾ ਵੀ ਆਪਾਂ ਇਦਾਂ ਗਾਣੇ ਨੂੰ ਠਾਲ ਦਿਆਂ ਜਦੋਂ ਵੀਡੀਓ ਡਾਇਰੈਕਟਰ ਨੂੰ ਸੁਣਾਉਂਦੇ ਆ ਜੀ ਫਿਰ ਉਹ ਆਪ ਦਾ ਡਾਇਰੈਕਸ਼ਨ ਕੋਡ ਦੇ ਨੇ ਜੀ ਹਨਾ ਵਿੱਚ ਬਹੁਤ ਵਧੀਆ ਵੀ ਕੀਤੀ ਹੈ ਕੰਮ ਨਾ ਕਈ ਜਗ੍ਹਾ ਤੇ ਹੋਇਆ ਜੀ ਇਦਾਂ ਬਹੁਤ ਸੋਹਣੇ ਗਾਣੇ ਸੀਗੇ ਨਾ ਜਿਵੇਂ ਚਾਹੁੰਦੇ ਸੀ ਉਮੀਦ ਨਹੀਂ ਨਿਕਲੇ ਹਨਾ ਇਹ ਗਾਣਾ ਸਾਡਾ ਜੀ ਅ ਬਹੁਤ ਸਿਗਾ ਜੀ ਰੱਬ ਬਚੋਲਾ ਉਹ ਗਾਣਾ ਮੈਨੂੰ ਵੀ ਅਫਸੋਸ ਹੈ ਕਿ ਨੋ ਡਾਊਟ ਗਾਣਾ ਬਹੁਤ ਵਧੀਆ ਸੀ ਪਰ ਅਸੀਂ ਜਿੱਦਾਂ ਦਾ ਵੀਡੀਓ ਚਾਹੁੰਦੇ ਸੀ ਉਦੋਂ ਦਾ ਬਣਿਆ ਨਹੀਂ ਹਾਲਾਂਕਿ ਸਾਡੀ ਟੀਮ ਬਹੁਤ ਵਧੀਆ ਸੀ ਉਦੋਂ ਵੀ ਕਿਉਂਕਿ ਸਭ ਤੋਂ ਪਹਿਲਾਂ ਸਾਡਾ ਫਿਰ ਰਾਬਾ ਬਚੋਲਾ ਐਕਚੁਅਲੀ ਉਸ ਗਾਣੇ ਦਾ ਥਾਟ ਕੁਝ ਹੋਰ ਸੀ ਅ ਖੈਰ ਉਹ ਨਹੀਂ ਲੋਕਾਂ ਨੇ ਪਸੰਦ ਕੀਤਾ ਪਰ ਮੈਨੂੰ ਅੱਜ ਵੀ ਅਫਸੋਸ ਹ ਉਸ ਗਾਣੇ ਦਾ ਗਾਣਾ ਬਹੁਤ ਵਧੀਆ ਸੀ ਗਾਣਾ ਬਹੁਤ ਵਧੀਆ ਸੀਗਾ ਸੋ ਅ ਇਹ ਨਹੀਂ ਕਿ ਅਸੀਂ ਟਰੂ ਮੇਕਰ ਨਾਲ ਕੰਮ ਨਹੀਂ ਕਰ ਰਹੇ ਨੈਕਸਟ ਸਾਡੇ 3-4 ਗਾਣੇ ਹੋਰ ਵੀ ਆ ਰਹੇ ਟਰੂ ਮੇਕਰ ਨਾਲ ਕਿਉਂਕਿ ਉਹ ਬਹੁਤ ਵਧੀਆ ਨੇ ਦੋਨੇ ਵੀਰ ਨਾਮ ਨਾ ਬੋਲੋ ਜੀ ਉੱਥੇ ਲਿਖ ਦੇਣਾ ਟਰੂ ਮੇਕਰ ਨਾਲ ਬਲਰਾਜ ਦਾ ਸਮਥਿੰਗ ਸਮਥਿੰਗ ਨਹੀਂ ਕੰਮ ਨਹੀਂ ਹੈਗਾ ਮੁੜ ਕੇ ਮੁੜ ਕੇ ਤਾਂ ਉਹ ਤੇ ਸ਼ਿਦਾਂਤ ਸਿੰਘ ਜੀ ਤੁਸੀਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਗੱਲ ਮੈਂ ਪਿਛਲੇ ਦਿਨ ਨਾ ਮਾਨਕ ਸਾਹਿਬ ਦਾ ਮੇਲਾ ਸੀ ਜੀ ਜੀ ਮੈਂ ਉੱਥੇ ਗਿਆ ਕਿਸੇ ਚੈਨਲ ਨੇ ਵੈਸੇ ਹੀ ਮੈਨੂੰ ਪੁੱਛਿਆ ਕਿ ਤੁਸੀਂ ਇਹ ਨਾ ਇਹਨਾਂ ਦੇ ਗਾਣੇ ਸੁਣਦੇ ਹੋ ਮੈਂ ਕਿਹਾ ਜੀ ਹਾਂ ਜੀ ਸਾਰੇ ਬਹੁਤ ਵਧੀਆ ਗਾਉਂਦੇ ਨੇ ਪਰ ਉਹਨਾਂ ਨੇ ਹਾਈਡਿੰਗ ਕੱਢ ਕੇ ਹੋਰ ਹੀ ਲਾਤਾ ਬਲਰਾਜ ਨੇ ਫਲਾਣੇ ਫਲਾਣੇ ਬਾਰੇ ਕੀ ਬੋਲਿਆ ਜਦ ਕਿ ਮੈਂ ਬੋਲਿਆ ਕੁਝ ਨਹੀਂ ਅਸਲ 'ਚ ਤੁਸੀਂ ਮੀਡੀਆ ਵਾਲਿਓ ਇੱਕ ਬੇਨਤੀ ਕਰ ਸਕਦੇ ਆ ਬੇਨਤੀ ਕਰ ਸਕਦੇ ਬਾਕੀ ਤੁਹਾਡੇ ਮੂਰੇ ਕੋਈ ਜ਼ੋਰ ਨਹੀਂ ਹੈਗਾ ਗੱਲ ਸਹੀ ਹੋਣੀ ਚਾਹੀਦੀ ਉਹਨੂੰ ਸਹੀ ਨੂੰ ਹੀ ਲਿਖਣਾ ਚਾਹੀਦਾ ਜਿਹੜੇ ਹਨਾ ਮੀਡੀਆ ਵਾਲੇ ਕੁਝ ਕੇ ਕਲਿੱਕਾਂ ਦੇ ਲਈ ਗਲਤ ਹੈਡਿੰਗ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨਾ ਉਹਦੇ ਲਈ ਜਿੱਥੇ ਨਾ ਕਈ ਦਾ ਦੋਸ਼ ਲੱਗਦੇ ਹਮੇਸ਼ਾ ਹੀ ਕਿ ਕਲਾਕਾਰਾਂ ਨੇ ਬੜਾ ਗੰਦ ਪਾਇਆ ਯਾਰ ਕਲਾਕਾਰ ਗਾਉਂਦੇ ਬਹੁਤ ਘਟਿਆ ਇਹਨਾਂ ਦੀ ਸੋਚ ਬੜੀ ਘਟਿਆ ਹੋ ਗਈ ਪਰ ਮੈਨੂੰ ਇਦਾਂ ਲੱਗਦਾ ਹੁੰਦਾ ਕਿਤੇ ਕਿਤੇ ਮੀਡੀਆ ਦੀ ਬੜੀ ਸੋਚ ਹੈ ਨਾ ਉਹ ਬਹੁਤ ਘਟਿਆ ਹੋ ਚੁੱਕੀ ਆ ਮੈਂ ਮੈਂ ਕਿਸੇ ਦਾ ਪਰਸਨਲ ਹੀ ਨਾਮ ਨਹੀਂ ਲੈ ਰਿਹਾ ਪਰ ਮੈਂ ਸੱਚ ਕਹਿ ਰਿਹਾ ਮੀਡੀਆ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਊਗੀ ਜੇ ਮੀਡੀਆ ਆਪਣੀ ਜ਼ਿੰਮੇਵਾਰੀ ਨਹੀਂ ਨਾ ਸਮਝੂਗਾ ਤਾਂ ਫਿਰ ਸਾਰੇ ਜ਼ਿੰਮੇਵਾਰ ਆਸੀਂ ਇਸ ਲਈ ਸਾਰਿਆਂ ਨੂੰ ਜਿਹੜੀ ਗੱਲ ਅਸੀਂ ਕਹਿ ਰਹੇ ਆ ਉਹਦਾ ਉਹਦਾ ਤੁਸੀਂ ਉਹਦੇ ਵਿੱਚੋਂ ਕੋਈ ਵੀ ਟਾਈਟਲ ਕੱਢ ਦਿਓ ਐਵੇਂ ਜਿਹੜੀ ਮੈਂ ਗੱਲ ਕਹੀ ਹੀ ਨਹੀਂ ਉਹਦਾ ਟਾਈਟਲ ਕੱਢੀ ਉਹ ਗਲਤ ਗੱਲ ਆ ਬਿਲਕੁਲ ਸਹੀ ਗੱਲ ਹੈ ਸੋ ਅ ਅਸੀਂ ਤੁਹਾਨੂੰ ਲਾਈਵ ਦੇਖਣਾ ਚਾਹੁੰਦੇ ਆ ਮਿਊਜ਼ਿਕ ਡਾਇਰੈਕਟ ਕਰਦੇ ਇੱਕ ਮਿਊਜ਼ਿਕ ਤੁਸੀਂ ਪਲੇ ਕਰਨਾ ਔਰ ਸਾਡੇ ਦਰਸ਼ਕਾਂ ਨੂੰ ਦਿਖਾਓ ਕੋਈ ਪੁਰਾਣਾ Song ਕੋਈ ਤੁਹਾਡਾ ਮਿਊਜ਼ਿਕ ਡਾਇਰੈਕਟ ਹੋਇਆ ਹੋਇਆ ਪਿਆ ਹੋਵੇ ਉਹ ਤੁਸੀਂ ਇੱਕ ਵਾਰ ਦਿਖਾ ਦਿਓ ਤੇ ਉਹ ਅਸੀਂ ਇੱਕ ਇੱਕ ਦੋ ਸ਼ਾਰਟਸ ਜੋ ਨੇ ਆਪਣੇ ਵੀਅਰਸ ਨੂੰ ਦਿਖਾਵਾਂਗੇ ਠੀਕ ਹੈ ਸੋ ਪੰਜਾਬੀ ਇੰਡਸਟਰੀ ਦਾ ਬਹੁਤ ਹੀ ਇੰਪੋਰਟੈਂਟ ਹਿੱਸਾ ਹੋ ਤੁਸੀਂ ਸੋ ਪੰਜਾਬੀ ਇੰਡਸਟਰੀ ਦੇ ਵਿੱਚ ਹਾਲੀ ਦੇ ਵਿੱਚ ਇੱਕ ਕੰਟਰੋਵਰਸੀ ਹੋ ਕੇ ਹਟੀ ਹੈ ਸਿੱਧੂ ਮੂਸੇਵਾਲਾ ਐਂਡ ਸਿੱਪੀ ਗਿਲਦੀ ਜਾਨੂ ਉਸ ਤੋਂ ਅੱਜ ਹੋਈ ਹੈ ਜੀ ਹਾਂ ਜੀ ਨਹੀਂ ਹੋਈ ਹਾਂਜੀ ਹੋਈ ਹੈ ਜੀ ਹਾਂ 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 ਇਹ ਹੋ ਕੀ ਰਿਹਾ ਬੇਸਿਕਲੀ ਕੀ ਪੁਆਇੰਟ ਆਫ View ਹੈ ਇਸ ਤੇ ਤੁਹਾਡਾ ਇੱਕ ਸਟਾਰ ਕੁਝ ਬੋਲਦਾ ਹੈ ਦੂਜਾ ਲਾਈਵ ਹੋ ਕੇ ਉਹਨੂੰ ਜਵਾਬ ਦੇਣ ਲੱਗ ਜਾਂਦਾ ਹੈ ਫਿਰ মিডিਆ ਇੱਥੇ ਕੀ ਕਰੇ ਤੁਸੀਂ ਦੱਸ ਦੋ মিডিਆ ਨੂੰ ਪਤਾ ਕੀ ਚਾਹੀਦਾ ਜੀ ਜੀ ਇਹਨਾਂ ਗੱਲਾਂ ਨੂੰ ਪ੍ਰਮੋਟ ਹੀ ਨਾ ਕਰੇ ਉਹਨਾਂ ਨੂੰ ਸੋਚਦਾ ਕਲਾਪ ਬੰਦ ਕਰ ਦਿਓ ਕਲਾਕਾਰਾਂ ਦਾ ਵੀ ਨਹੀਂ 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 ਇੱਥੇ মিডিਆ ਵੀ ਗਲਤ ਹੈ ਜੀ ਜਦੋਂ ਤੁਸੀਂ ਕਿਸੇ ਚੀਜ਼ ਦੀ ਹਾਈਪ ਬਣਾਉਂਦੇ ਹੋ ਨਾ ਤੁਸੀਂ ਹੁਣ ਉਹ ਇੱਕ ਨੇ ਬੋਲਦੀ ਨਾ ਸੋਸ਼ਲ ਮੀਡੀਆ ਤੇ ਇੰਨੀ ਕਿ ਜ਼ਿਆਦਾ ਉਹ ਗੱਲ ਵਾਇਰਲ ਹੋ ਜਾਂਦੀ ਆ ਜਿਹਨੇ ਨਹੀਂ ਵੀ ਕਿਹਾ ਹੁੰਦਾ ਚੱਲ ਅਸਲ 'ਚ ਸਭ ਤੋਂ ਮਾੜਾ ਕੰਮ ਦੇਖੋ ਕੋਈ ਵੀ ਆ ਚਾਹੇ ਸਿੱਪੀ ਵੀਰਾ ਚਾਹੇ ਸਿੱਧੂ ਵੀਰਾ ਚਾਹੇ ਐਲੀ ਵੀਰਾ ਸੀ ਚਾਹੇ ਦੁਵੇ ਰੰਮੀ ਹੋਰੀ ਸੀਗੇ ਤੁਸੀਂ ਮਾੜੀ ਮੋਟੀ ਆਪਸ ਵਿੱਚ ਹੀ ਕਿਸੇ ਦੀ ਤੂ ਤੂ ਮੈਂ ਹੋ ਸਕਦੀ ਆ ਪਰ ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਇੱਕ ਕਰ ਦਿੰਦੇ ਹੋ ਨਾ ਉਹ ਬਹੁਤ ਹੁਣ ਇਹਦੇ ਵਿੱਚ ਸਿੱਧੂ ਦੀ ਮਾਤਾ ਦਾ ਤਾਂ ਕੋਈ ਕਸੂਰ ਨਹੀਂ ਜਾਂ ਸਿੱਪੀ ਦੀ ਮਾਂ ਦਾ ਕੋਈ ਕਸੂਰ ਨਹੀਂ ਨਾ ਤੇ ਜਾਂ ਕਿਸੇ ਦੀ ਭੈਣ ਦਾ ਕੋਈ ਕਸੂਰ ਨਹੀਂ ਹੁੰਦਾ ਤੁਸੀਂ ਠੀਕ ਆ ਫੈਨ ਹੁੰਦੇ ਕੱਟੜ ਕਿਸੇ ਦੇ ਵੀ ਹੋ ਸਕਦੇ ਆ ਪਰ ਇੰਨਾ ਕੁ ਚਾਹੀਦਾ ਵੀ ਗੱਲਾਂ ਉੱਥੇ ਤੱਕ ਹੀ ਸੀਮਤ ਰੱਖੀਏ ਕਦੀ ਕਿਸੇ ਨੂੰ ਗੰਦਾ ਨਾ ਬੋਲੀਏ ਉਹ ਬਹੁਤ ਦੂਜੀ ਜਦੋਂ ਇੰਡਸਟਰੀ ਆਪਸ ਵਿੱਚ ਹੀ ਲੜਨ ਲੱਗ ਜਾਂਦੀ ਹੈ ਨਾ ਫਿਰ ਉੱਥੇ ਆਪਾਂ ਕੀ ਭਾਲ ਕਰੀਏ ਆਪਾਂ ਨੂੰ ਕੀ ਚੰਗਾ ਸੁਣਨ ਨੂੰ ਮਿਲੂਗਾ ਨਾ ਕਿਉਂਕਿ ਉਹਨਾਂ ਦਾ ਰੀਅਲ ਕੈਰੈਕਟਰ ਬਾਹਰ ਆ ਰਿਹਾ ਜੀ ਹਨਾ ਅਸਲੀ ਚਿਹਰਾ ਹਨਾ ਆ ਰਿਹਾ ਤੇ ਹੁਣ ਕੱਲ ਨੂੰ ਕੋਈ ਇਦਾਂ ਦੇ ਗਾਣੇ ਗਾਉਣਗੇ ਹਨਾ ਜੋ ਆਪਾਂ ਕਹਾਂਗੇ ਵੀ ਆਪਾਂ ਨੂੰ ਸੇਧ ਦਊਗਾ ਕਿਵੇਂ ਮੰਨ ਸਕਦੇ ਆ ਫਿਰ ਤਾਂ ਅਸੀਂ ਫੇਕ ਲੋਕ ਆ ਨਾ ਜਾਂ ਫੇਕ ਚੀਜ਼ ਪ੍ਰਮੋਟ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਯਾਨੀ ਕਿ ਇਹ ਕੰਟਰੋਵਰਸੀ ਤੇ ਆਪਾਂ ਨੂੰ ਚੁੱਪ ਵੀ ਰਹਿਣਾ ਚਾਹੀਦਾ ਪਰ ਚੰਗੇ ਲੋਕਾਂ ਨੂੰ ਸੋਚਣਾ ਵੀ ਚਾਹੀਦਾ ਵੀ ਨਹੀਂ ਯਾਰ ਇਹ ਇਹਨਾਂ ਦਾ ਪਰਸਨਲ ਹੋਊਗਾ ਠੀਕ ਆ ਪਰ ਸਾਡਾ ਨਹੀਂ ਹਨਾ ਇਦਾਂ ਜੇ ਪਰਸਨਲ ਆ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਐਟਲੀਸਟ ਨਹੀਂ ਬੋਲਣਾ ਚਾਹੀਦਾ ਪਰਸਨਲੀ ਇਹਨੂੰ ਕਰ ਲੈਣਾ ਚਾਹੀਦਾ ਸੌਟ ਆਊਟ ਪਰਸਨਲੀ ਜੇ ਕਿਸੇ ਦੀ ਕਿਸੇ ਨਾਲ ਰੰਜਿਸ਼ ਆ ਤੁਸੀਂ ਬਹਿ ਕੇ ਦੋ ਭਰਾ ਚਾਰ ਭਰਾ ਸਭ ਤੋਂ ਮੈਂ ਅੱਗੇ ਵੀ ਕਲਾਕਾਰ ਅੱਜਕੱਲ ਸਭ ਚਲਦੀ ਦਾ ਨਾ ਗੱਡੀ ਆ ਜੀ ਜਦੋਂ ਕਿਸੇ ਦਾ ਕੰਮ ਚੱਲਦਾ ਨਾ ਉਹਦੇ ਕੋਲ ਚਾਰ ਕੰਪਨੀ ਵਾਲੇ ਵੀ ਆਉਂਦੇ ਆ ਤੇ ਉਹਨਾਂ ਕੋਲ ਚਾਰ ਭਰਾ ਸਿੰਗਰ ਭਰਾ ਵੀ ਕਹਿੰਦੇ ਆ ਹਾਂ ਜੀ ਜੀ ਕੀ ਬਾਤ ਆ ਭਾਜੀ 플ਾਂਟ ਮਕਾਨ ਜਦੋਂ ਮਾੜਾ ਵਕਤ ਆਉਂਦਾ ਨਾ ਫਿਰ ਮੈਂ ਵੱਡੇ ਤੋਂ ਵੱਡਾ ਸਿੰਗਰ ਵੀ ਉਹ ਫੋਨ ਕਰਕੇ ਨਹੀਂ ਪੁੱਛਦਾ ਕਿ ਤੁਸੀਂ ਕਿਵੇਂ ਹੋ ਠੀਕ ਹੋ ਖੁਸ਼ ਹੋ ਕਿਵੇਂ ਤੁਹਾਡਾ ਧਾਲ ਫੋਲਕਾ ਚੱਲਦਾ ਕਿ ਨਹੀਂ ਚੱਲਦਾ ਇੱਥੇ ਕਲਾਕਾਰਾਂ ਦਾ ਕੋਈ ਏਕਾ ਨਹੀਂ ਹੈ ਤੇ ਜੇ ਕਲਾਕਾਰਾਂ ਦੀ ਇੱਕ ਇੱਕ ਜਥੇਬੰਦੀ ਹੋਵੇ ਹਰੇਕ ਵਿਭਾਗ ਦੀ ਜਥੇਬੰਦੀ ਆ ਇੱਕ ਜਥੇਬੰਦੀ ਹੋਵੇ ਉਹ ਕਵੇ ਜਿਸੇ ਇਦਾਂ ਦੀ ਕੋਈ ਗੱਲ ਹੁੰਦੀ ਨਹੀਂ ਭਰਾ ਬੋਲਣਾ ਨਹੀਂ ਆਪਾਂ ਬੈਠ ਕੇ ਜਿੰਨੇ ਵੀ ਭਰਾ ਆ ਆਪਾਂ ਬੈਠ ਕੇ ਦੋ ਭਰਾ ਇੱਕ ਸਿਆਣਾ ਬੰਦਾ ਵਿੱਚ ਬੈਠੇ ਇਹ ਵੀ ਗੱਲ ਹੈ ਜੀ ਅੱਜ ਤੱਕ ਕਦੇ ਕੋਈ ਸਿੰਗਰ ਦੋ ਆਪਸ ਚ ਲੜਦੇ ਨਹੀਂ ਦੇਖੇ ਖਾ ਦੇਖੀ ਆਪਾਂ ਲਾਈਫ ਫਾਈਟ ਕਦੀ ਉਹ ਕਰਦੇ ਨਹੀਂ ਬਸ ਗੱਲੋ ਗੱਲੀ ਆ ਇਹ ਪਤਾ ਨਹੀਂ ਹੁਣ ਕਿਹੜੀ ਚੀਜ਼ ਚਾਹੀਦੀ ਆ ਉਹਨਾਂ ਨੇ ਕਿਹੜੀ ਪਾਲਦੇ ਇਹਦੇ ਨਾਲ ਇਹਦਾ ਇੰਪੈਕਟ ਆ ਜਿਹੜੀ ਨਵੀਂ نسل ਆ ਨਵੀਆਂ ਪੀੜ੍ਹੀ ਨਵੇਂ ਲੋਕ ਨੇ ਉਹਨਾਂ ਤੇ ਬਹੁਤ ਗਲਤ ਪੈਂਦਾ ਹਨਾ ਕਿਉਂਕਿ ਉਹ ਹੋ ਸਕਦਾ ਤੁਹਾਨੂੰ ਰੋਲ ਮਾਡਲ ਬੰਨੀ ਮਰਦੇ ਹੁਣ ਤੁਸੀਂ ਗਲਤ ਕਰ ਰਹੇ ਉਹਨਾਂ ਨੇ ਉਦੋਂ ਹੀ ਜਾਣਾ ਕੋਈ ਸਾਡੇ ਬ ਪਤਾ ਨਹੀਂ ਇਹ ਸਾਡੇ ਸੱਭਿਆਚਾਰ ਦਾ ਤਾਂ ਹਿੱਸਾ ਹੈ ਨਹੀਂ ਨਾ ਸਾਡੀ ਜ਼ੁਬਾਨ ਦਾ ਹਿੱਸਾ ਮੈਨੂੰ ਤਾਂ ਲੱਗਦਾ ਹਨਾ ਜਿਹੜੀ ਚੀਜ਼ ਪ੍ਰਮੋਟ ਕਰ ਰਹੇ ਹਨਾ ਸੋ ਮੈਨੂੰ ਲੱਗਦਾ ਸਾਨੂੰ ਵਰਜਣਾ ਚਾਹੀਦਾ ਜੀ ਦਾ ਖੁਦ ਵਰਜਿਤ ਹੋਣਾ ਚਾਹੀਦਾ ਹੋਰ ਹੀ ਬਹੁਤ ਨੇ ਜੀ ਦੇਖੋ ਜੇ ਹੁਣ ਤੁਸੀਂ ਦੇਖੋ ਕਿਦਾਂ ਦਾ ਘਟਿਆ ਕੰਮ ਹੋ ਰਿਹਾ ਦੇਖੋ ਲੋਕਾਂ ਦੀਆਂ ਧੀਆਂ ਧਿਆਣੀਆਂ ਦੇ ਨਾਲ ਰੇਪ ਹੋ ਰਹਾ ਬਿਲਕੁਲ ਜਿੰਦੀਆਂ ਕੁੜੀਆਂ ਨੂੰ ਸਾੜਿਆ ਜਾ ਰਿਹਾ ਐਡੇ ਵੱਡੇ ਵੱਡੇ ਮੁੱਦੇ ਨੇ ਜਿਨ੍ਹਾਂ ਤੇ ਬੋਲਣ ਦੀ ਲੋੜ ਹੈ ਨਾ ਜੇ ਲੜਨਾ ਤਾਂ ਇਸ ਕੰਮ ਲਈ ਲੜ ਲਓ ਆਜੋ ਸਾਰੇ ਇਕੱਠੇ ਹੋ ਕੇ ਚੱਲਦੇ ਆ ਮੈਂ ਵੀ ਚੱਲਦਾ ਤੂੰ ਸਾਰੇ ਆਜੋ ਕੀ ਆ ਲੜਾਈਆਂ ਇਹ ਤਾਂ ਕੋਈ ਲੜਾਈਆਂ ਥੋੜੀ ਨੇ ਜੀ ਇਹ ਤਾਂ ਆਪਸ ਵਿੱਚ ਜੇ ਕੋਈ ਭਰਾ ਦਾ ਕਿਸੇ ਦਾ ਕੋਈ ਮਾੜੀ ਮੋਟੀ ਵੀ ਗੱਲ ਹੁੰਦੀ ਆ ਉਹ ਬੈਠ ਕੇ ਗੱਲ ਕਰ ਲੈਣਾ ਤਾਂ ਕੋਈ ਮਸਲਾ ਥੋੜੀ ਆ ਇਹ ਸਾਰੇ ਇੱਕੋ ਕਲਾ ਕਿੱਡੀ ਪੰਜਾਬੀ ਕਿੰਨੇ 2.5% ਦੀ ਆਬਾਦੀ ਨਾਲ ਸਾਨੂੰ ਜਾਣਿਆ ਜਾਂਦਾ ਜੀ ਕੀ ਆ ਜੀ ਪੰਜਾਬੀਆਂ ਦੀ ਕਮਿਊਨਿਟੀ ਕਿੰਨੀ ਆ ਸਿਰਫ 2.5% ਲੋਕ ਆ ਪਰ ਮੈਂ ਅੱਜ ਵੀ ਕਹਿੰਨਾ ਕਿ ਪੰਜਾਬੀਆਂ ਦਾ ਰਤਬਾ ਬਹੁਤ ਵੱਡਾ ਜੀ ਇਹ 2.5% ਵਾਲੇ ਜਿਹੜੇ ਆ ਦੁਨੀਆ ਤੇ ਕਿਤੇ ਵੀ ਕੋਈ ਤ੍ਰਾਸਦੀ ਹੁੰਦੀ ਆ ਕਿਤੇ ਵੀ ਕੋਈ ਮਿਸ ਹੈਪਨ ਹੁੰਦਾ ਖਾਲਸਾ ਇਹ ਪਹਿਲਾਂ ਉੱਥੇ ਪਹੁੰਚਦੀ ਆ ਇਹ ਸਾਡੇ ਗੁਰੂਆਂ ਮਹਾਰਾਜ ਦਾ ਦਿੱਤਾ ਹੋਇਆ ਸਾਨੂੰ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਆ ਉਹਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਅਸੀਂ ਤਾਂ ਅੱਗੇ 2.5% ਸਾਨੂੰ ਤਾਂ ਵੈਸੇ ਨਹੀਂ ਗਣਤੀ 'ਚ ਰੱਖਦਾ ਕੋਈ ਤੁਸੀਂ ਇਹ ਦੇਖ ਲਓ ਕਿ ਸੈਂਟਰ ਦੇ ਵਿੱਚ ਅੱਜ ਤੱਕ ਪੰਜਾਬ ਨਾਲ ਤਾਂ ਹੋਏ ਬਿਤਕਰਾ ਤੇ ਜੇ ਅਸੀਂ ਉਹ ਆਪਸ ਵਿੱਚ ਹੀ ਲੜੀ ਗਏ ਤੇ ਇਹ ਗੱਲਾਂ ਤਾਂ ਮੈਂ ਨਹੀਂ ਨਹੀਂ ਰੱਖਦੀਆਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਸਾਰਾ ਕੁਝ ਜਿੱਤਿਆ ਜਾ ਸਕਦਾ ਸੋ ਇਹ ਗੱਲ ਹੁਣ ੱਲੇ ਬੰਨ ਲੰਨਾ ਸਾਰੇ ਫੇਰ ਤਾਂ ਬਸ ਸਿਰੇ ਲੱਗ ਜਾਏਗਾ ਸਾਰਾ ਕੁਝ। ਬਾਕੀ ਮੈਂ ਫੇਰ ਵਾਰ-ਵਾਰ ਕਹਿਣਾ ਅਸੀਸ ਦੇਖੋ ਇਹ ਸਾਡੇ ਸਾਰੇ ਭਰਾ ਨੇ। ਚਾਹੇ ਸਿੱਪੀ ਆ ਚਾਹੇ ਸਿੱਧੂ ਭਈਆ ਚਾਹੇ ਅਹਿਲੀ ਮੰਗਟ ਸੀ ਚਾਹੇ ਰੰਮੀ ਹੋਰੀ ਨੇ ਕੋਈ ਇੱਕ ਉਹ ਤੋਂ ਬਾਹਰੋਂ ਥੋੜਾ ਆਇਆ ਪਈ ਇਹ ਕਿਤੇ ਕਿਸੇ ਹੋਰ ਮੁਰਖ ਦੇ ਨੇ ਸਾਡੇ ਆਪ ਦੇ ਤਾਂ ਨੇ ਭਰਾ ਹੀ ਨੇ ਸਾਡੇ ਤੇ ਕੋਈ ਜੇ ਮਾੜਾ ਮੋਟਾ ਕਿਸੇ ਚ ਹੈਗਾ ਆਪਾਂ ਬੈਠ ਕੇ ਮਸਲਾ ਪਿਆਰ ਦੇ ਨਾਲ ਉਹ ਹੱਲ ਹੋ ਸਕਦਾ ਇਹਨਾਂ ਗੱਲਾਂ ਚ ਨਹੀਂ ਜਾਣਾ ਚਾਹੀਦਾ। ਸੋ ਡਿਸਕਸ਼ਨ ਬਹੁਤ ਸੀਰੀਅਸ ਹੋ ਗਈ ਬਹੁਤ ਸੀਰੀਅਸ ਬੋਲ ਗਏ ਸੋ ਚਲੋ ਇੱਕ ਇੱਕ ਸਵਾਲ ਬਿਗ ਬਾਸ ਲਵਰ ਕੌਣ ਹੈ ਕੋਈ ਨਹੀਂ ਜੀ ਮੈ ਤਾਂ ਹੈ ਨਹੀਂ ਨਹੀਂ ਕੋਈ ਨਹੀਂ ਜੀ ਸਾਡੇ ਕੋਲ ਟਾਈਮ ਹੀ ਨਹੀਂ ਮਿਲਿਆ ਜੀ ਕੰਮ ਬਿਜ਼ੀ ਸੀਗੇ ਜੀ ਅਸੀਂ ਥੋੜਾ ਜਿਆ ਐਨਾ ਤਾਂ ਪਤਾ ਹੀ ਹੋਏਗਾ ਕਿ ਆਪਣੀਆਂ ਪੰਜਾਬੀ ਮਾਡਲਸ ਸ਼ਹਿਨਾਜ਼ ਔਰ ਹਿਮਾਂਸ਼ੀ ਗਏ ਨੇ ਉਥੇ ਹਾਂਜੀ ਕਿਆ ਇੰਨਾ ਕ ਪਤਾ ਹਮਨਸ਼ੀ ਬਾਹਰ ਆ ਗਏ ਨੇ ਕੱਲ ਹੈ ਨਾ ਜੀ ਉਹ ਥੋੜਾ ਪਤਾ ਨਹੀਂ ਗਏ ਤਾਂ ਮੈਂ ਕਿਆ ਉਹਨਾਂ ਨੇ ਇੰਨਾ ਪਤਾ ਬਾਹਰ ਆ ਗਏ ਆ ਦੇਖ ਰਿਹਾ ਸੀਗਾ ਜੀ ਹੈ ਨਾ ਤੇ ਮੇਰੇ ਕੋਈ ਅਜੀਬ ਬਿਲਕੁਲ ਸਹੀ ਕਿਆ ਤੁਸੀਂ ਇਮਾਨ ਜੀ ਹੋ ਗਈ ਆਊਟ ਮੇਰੇ ਕੋਈ ਖਾਸ ਅਜੀਬ ਨਹੀਂ ਉਹ ਦੇਖ ਰਹੇ ਨੇ ਉਹ ਉਹਨਾਂ ਦੇ ਇਦਾਂ ਮੈਂ ਹਾਲਾਤ ਤੱਕ ਮੈਂ ਕਦੀ ਬਿੱਗ ਬਾਸ ਨਹੀਂ ਦੇਖਿਆ ਪਰ ਚਲੋ ਫਿਰ ਵੀ ਮੈਂ ਤਾਂ ਕਹਿੰਦਾ ਪੰਜਾਬੀ ਆ ਦੁਨੀਆ ਦੇ ਕੋਨੇ ਕੋਨੇ ਛਾਏ ਉਹ ਵੀ ਕੋਈ ਵੱਡੀ ਗੱਲ ਆ ਉੱਥੇ ਤੱਕ ਗਾਇਆ ਤੇ ਪਰ ਚੰਗੀ ਗੱਲ ਆ ਕਿਉਂਕਿ ਸ਼ਹਿਨਾਜ਼ ਦੀ ਜਿਹੜੀ ਆ ਸਭ ਤੋਂ ਪਹਿਲਾਂ ਉਹਨੂੰ ਬ੍ਰੇਕ ਜਿਹੜੀ ਆ ਮੇਰੇ ਗਾਣੇ ਮੈਂ ਅਸੀਂ ਲਿਆ ਸੀ ਪਹਿਲੇ ਗਾਣੇ ਚ ਜੀ ਉਹਨੂੰ ਆ ਬੀਵੀਆਈਪੀ ਗੱਭਰੂ ਅ ਸੰਦੀਪ ਭਾਜੀ ਨੇ ਕੀਤਾ ਸੀਗਾ ਸੋ ਚੰਗੀ ਗੱਲ ਆ ਜੇ ਕੋਈ ਪੰਜਾਬ ਦੀ ਕੁੜੀ ਇਸ ਵੱਡੇ ਲੈਵਲ ਤੇ ਜਾ ਰਹੀ ਆ ਕੋਈ ਵੀ ਹੋਵੇ ਜਿਹੜਾ ਕੋਈ ਦੇਖੋ ਜਿਹੜੀ ਚੀਜ਼ ਚੱਲ ਰਹੀ ਆ ਜਾਂ ਜਿਹਨੂੰ ਲੋਕ ਪਸੰਦ ਕਰ ਰਿਹਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕੋਈ ਵੀ ਹੋਵੇ ਉਹ ਚੰਗੀ ਗੱਲ ਹੋਵੇ ਜਾਂ ਕਿਸੇ ਵੀ ਫੀਲਡ ਚ ਜੋ ਕੋਈ ਤਰੱਕੀ ਕਰ ਰਿਹਾ ਤੇ ਉਹ ਚੰਗੀ ਗੱਲ ਆ ਸੋ ਬਲਰਾਜ ਜੀ ਵੀ ਬਹੁਤ ਸਾਰੀਆਂ ਗੱਲਾਂ ਕਰ ਲੀਆਂ ਸਿੰਘ ਜੀਤ ਨਾਲ ਵੀ ਕਰ ਲੀਆਂ ਹੁਣ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਪਹਿਲਾਂ ਤਾਂ ਗਾਣਾ ਇੱਕ ਇੱਕ ਹਾਰਮੋਨੀਅਮ ਤੇ ਤੁਸੀਂ ਪਹਿਲਾਂ ਤਾਂ ਗਾਣਾ ਸੁਣਾਓ ਇੱਕ ਇਧਰ ਆਓ ਇਧਰ ਆਓ ਮੈਨ ਕਰਾ ਲਾਗੇ ਨੂੰ ਅੱਜ ਕਿਹਨੇ ਤੁਸੀ ਗਾਓ ਕਿ ਮੈਂ ਗਾਉ ਤੁਸੀਂ ਗਾਓ ਹੂੰ 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 ਮੈਂ ਤਰਕ ਹੈ ਰਾ ਹੂੰ ਉਹ ਮੈਨੂੰ ਪੁੱਛਦੇ ਰਹਿੰਦੇ ਆ ਕਿਵੇਂ ਹੈ ਰਾ ਆ ਵੈ ਮਣ ਜਰੀ ਹੈ ਵੈਮਣ ਜੀ ਹੋ ਗਈ ਆ ਮੇਰੇ ਕਰਕੇ ਚੰਦਰੀ ਜਹੀ ਗੱਲ ਗੱਲ ਤੇ ਖੜ ਜਾਵੇ ਅੱਖ ਭਰ ਕੇ ਚੰਦਰੀ ਜਹੀ ਰੱਬ ਜਾਣਦਾ ਏ ਤੂੰ ਕੀ ਐ ਮੇਰੇ ਲਈ ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲ ਛਿਣਿਆ ਓ ਮੈਨੂੰ ਪੁੱਛਦੀ ਰਹਿੰਦੀ ਆ ਮੈਨੂੰ ਕਿੰਨਾ ਪਿਆਰ ਕਰੇ ਮੈਂ ਹੱਸ ਕੇ ਕਹਿ ਦੇਵਾਂ ਉਹ ਕਦੇ ਗਿਣਿਆ ਮਿਣਿਆ ਨਹੀਂ ਮੈਂ ਹੱਸ ਕੇ ਕਹਿ ਦੇਵਾਂ ਕਦੇ ਗਿਣਿਆ ਮਿਣਿਆ ਇੰਨੇ ਗਾਣਿਆਂ ਨੂੰ ਤੁਸੀਂ ਮਿਊਜ਼ਿਕ ਦਿੰਨੇ ਹੋ ਕਿਹੜਾ ਪਰਸਨਲੀ ਵੈਸੇ ਅੱਜ ਤੱਕ ਕਿੰਨੇ ਗਾਣਿਆਂ ਨੂੰ ਤੁਸੀਂ ਮਿਊਜ਼ਿਕ ਦਿੱਤਾ ਇੱਕ ਕੋਈ ਪਰਸਨਲੀ ਜਿਹੜਾ ਤੁਹਾਨੂੰ ਬਹੁਤ ਅੱਜ ਵੀ ਤੁਸੀਂ ਵੈਸੇ ਤਾਂ ਸਾਰੇ ਫੇਵਰੇਟ ਹੋਣਗੇ ਪਰ ਕਿਹੜਾ ਐਸਾ ਹੈ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਸੱਚੀ ਮੁੱੱਚੀ ਆ ਮੇਰਾ ਫੇਵਰੇਟ ਹੈ ਮੇਰੇ ਸਾਰੇ ਗਾਣੇ ਮੇਰੇ ਫੇਵਰੇਟ ਨੇ ਕਹਿ ਰਹੀਏ ਸਾਰੇ ਤਾਂ ਹੋਣਗੇ ਹੋਣਗੇ ਇੱਕ ਕੋਈ ਐਸਾ Song ਕਾਫੀ ਗਾਣੇ ਐਦਾ ਦਿਲ ਨੂੰ ਲੱਗਦੇ ਆ ਜਿੰਦਾ ਹੁਣ ਅੱਗੇ ਹੀ ਗਾਣਾ ਮਗਾਇ ਸੀਗਾ ਕਿੰਨਾ ਪਿਆਰ ਮੈਨੂੰ ਬਹੁਤ ਗਾਣੇ ਵਧੀਆ ਜੀ ਮੈਨੂੰ ਲੱਗਦਾ ਆ ਖੁਦ ਵਿੱਚ ਮੈਂ ਗੁੰਗੁਣਾ ਰਹਿਣਾ ਗਾਉਂਦਾ ਰਹਿਣਾ ਜਾਣ ਵੱਲੋਂ ਇਹ ਦਸਾ ਗਾਣੇ ਤਾਂ ਮੇਰੇ ਸਾਰੇ ਵਧੀਆ ਜੀ ਮਤਲਬ ਆਪਣੇ ਆਪ ਨੂੰ ਜਦੋਂ ਬੁਣਾਣਿਆ ਕਰਦੇ ਕਿੰਨੀ ਵਾਰ ਅਸੀਂ ਸੁਣ ਲੈਂਦੇ ਇਹ ਇਹ ਜੀਗੁਰੀ ਸਾਹਿਬ ਦੇ ਨਾਲ ਨਾਲ ਇੱਕ ਸਾਡੀ ਹੋਰ ਹੈ ਜੀ ਉਹ ਚੌਥਾ ਬੰਦਾ ਸੀ ਬੈਚਨੀ ਬਿਠਾ ਲਿਆ ਬੀਟ ਕਿੰਗਾ ਜੀ ਜਿਹੜਾ ਅਸਲ 'ਚ ਸਾਨੂੰ ਸਾਰਿਆਂ ਦੇ ਲਈ ਹਨਾ ਤਿਆਰ ਕਰਕੇ ਰੱਖਦਾ ਸਾਰਾ ਸਾਨੂੰ ਨਹੀਂ 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 ਬੀਟ ਕਿੰਗ ਜੀ ਜਿਹੜਾ ਸਾਡੀ ਸਾਰੀ ਰਿਦਮ ਅਰੇਂਜਮੈਂਟ ਉਹ ਕਰਦਾ ਰਿਕਾਰਡਿਸਟ ਵੀ ਸਾਡੇ ਉਹੀ ਆ ਤੇ ਸਾਰਾ ਕੁਝ ਹੀ ਹੋਈ ਆ ਜੀ ਉਹ ਖੜੇ ਉਧਰ ਆ ਪਰ ਦੇਖਦੇ ਪਏ ਹੁਣ ਸਾਨੂੰ ਦੂਰ ਤੇ ਇਹ ਬਾਈ ਇਹ ਛੋਟਾ ਵੀਰ ਆ ਉਹ ਸਾਡੇ ਨਾਲ ਕੰਮ ਕਰ ਰਿਹਾ ਸੋ ਹਰੇਕ ਦਾ ਜਿਹੜਾ ਵੀ ਜਿਹੜਾ ਵੀ ਕੋਈ ਕਿਸੇ ਵੀ ਫੀਲਡ ਜਿੱਥੇ ਵੀ ਕੋਈ ਕੰਮ ਕਰਦਾ ਉਹਦਾ ਸਤਿਕਾਰ ਕਰਨਾ ਤੇ ਉਹਦਾ ਨਾਮ ਲੈਣਾ ਸਾਡਾ ਫਰਜ਼ ਬਣਦਾ ਕਿਉਂਕਿ ਟੀਮਵਰਕ ਉਹੀ ਹੁੰਦੀ ਆ ਵੀ ਜਿਹੜੀ ਆ ਤੁਸੀਂ ਜੇ ਸਾਰਿਆਂ ਦੇ ਨਾਂ ਨਾ ਲਈਏ ਫਿਰ ਗਲਤ ਗੱਲ ਆ ਸਾਡੇ ਨਾਲ ਨਰੇਸ਼ ਕਾਕਾ ਜੀ ਆ ਜੀ ਜਿਹੜੇ ਸਾਡੇ ਗਾਣੇ ਗਾਹ ਵੀ ਲੈ ਕੇ ਜਾਂਦੇ ਕਿਉਂਕਿ ਇੱਕ ਟੀਮ ਵਰਕ ਆ ਮੈਂ ਉਹੀ ਗੱਲ ਆ ਫਿਰ ਟੀਮ ਤੋਂ ਬਿਨਾ ਅਸੀਂ ਧੂਰ ਆ ਹੁਣ ਸਾਡੀ ਟੀਮ ਚ ਹੋਰ ਵੀ ਦੋ ਤਿੰਨ ਕੰਪਨੀਆਂ ਉਹ ਜੁੜ ਰਹੀਆਂ ਸੋ ਨਾਲ ਦੀ ਨਾਲ ਬੈਕ ਟੂ ਬੈਕ ਸਾਰੇ ਕਰਾਂਗੇ ਜੀ ਕੀ ਬਾਤ ਆ ਸੋ ਜੀ ਗੁਰੀ ਨਾਮ ਕੀ ਆ ਪੂਰਾ ਨਾਮ ਜਿਹਨੂੰ ਸ਼ਾਰਟ ਫਾਰਮ ਚ ਜੀ ਗੁਰੀ ਕਿਹਾ ਜਾਂਦਾ ਮੇਰਾ ਨਾਮ ਉਹਦਾ ਜੀ ਗੁਰਪ੍ਰੀਤ ਸਿੰਘ ਹੈ ਜੀ ਗੁਰੀ ਨਿਕਨੇਮ ਤੋਂ ਪਿੰਡ ਮੇਰੇ ਸਾਰੇ ਬੁਲਾਉਂਦੇ ਦੀ ਜੀ ਤੋਂ ਗੁਰਪ੍ਰੀਤ ਗੁਰੀ ਤੋਂ ਜਗਾ ਜੀ ਗੁਰੀ ਵਗੈਰੇ ਆਰਟਿਸਟਿਕ ਨਾਮ ਹਾਂਜੀ 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 ਬਿਲਕੁਲ ਠੀਕ ਹੈ ਜੀ ਸੋ ਜਾਂਦੇ ਜਾਂਦੇ ਇੱਕ ਗਾਣਾ ਹੋਰ ਸੁਣ ਲਈਏ ਹਾਂਜੀ ਹਾਂਜੀ ਬਿਲਕੁਲ ਤੇ ਤਿੰਨੋਂ ਇੱਕ ਗਾਣਾ ਹੋਰ ਸੁਣਾ ਦਿਓ ਹੁਣ ਸਿੰਘ ਜੀ ਤੁਸੀਂ ਸੁਣਾਓ ਪਈ ਤੁਹਾਡਾ ਕਿਹੜਾ ਫੇਵਰਟ ਹੈ ਨਹੀਂ ਇੱਥੇ ਵੀ ਤੁਸੀਂ ਗਾਉਣਾ ਤਿੰਨਾਂ ਨੇ ਇਹ ਗਾਉਣਗੇ ਜੀ ਮੈਂ ਕਰ ਦੂੰਗਾ ਨਾਲ ਆਜ ਵੀ ਤਰ ਜਾਉਣੀ ਹੈ ਬਸ ਹਾਂ ਤਦ ਗਾਣਗੇ ਨਹੀਂ ਸਾਡੇ ਗਾਣਾ ਸੀ ਜੀ ਸਿੰਘ ਜੀ ਦਾ ਲਿਖਿਆ ਸੀ ਭਾਈ ਦਾ ਸਭ ਪਲਟ ਗਈ ਬਾਜ਼ੀ ਮੇਰੇ ਘਰ ਦੇ ਸੀਰਾ ਜੀ ਨਾਲੇ ਚਾਚਾ ਤਾਇਆ ਵੇ ਰਾਤੀ ਮੈਨੂੰ ਸੱਚ ਵਰਗਾ ਇੱਕ ਸੁਪਨਾ ਆ ਆਵੇ ਜਾਣੀ ਰੱਬ ਵਿਚੋ ਲਾਸੀ ਤੇ ਸਾਡਾ ਵਿਆਹ ਕਰਵਾ ਆਵੇ ਨਾ ਪੁਛਕਾਰ ਫੁੱਲਾਂ ਵਾਲੀ ਉਹ ਕਿਵੇਂ ਵਾਟਾਂ ਚੀਰੇ ਵੇ ਸਾਰੇ ਰਾ ਛਣਕਦੇ ਆਏ ਗਟਦੇ ਕਲੀਰੇ ਵੇ ਤੇਰੀ ਖੰਗ ਦੀ ਰਮ ਜੀ ਜਈ ਸਿੰਘ ਜੀਤ ਮੈਂ ਸਮਝ ਗਈ ਕਿ ਚਣ ਕੋਈ ਆਇਆ ਵੇ ਰਾਤੀ ਮੈਨੂੰ ਸੱਚ ਵਰਗਾ ਇੱਕ ਸੁਪਨਾ ਆਇਆ ਵੇ ਜਾਣੀ ਰੱਬ ਵਿਚੋਲਾ ਸੀ ਤੇ ਸਾਡਾ ਵਿਆਹ ਕਰਵਾਇਆ ਵੇ ਬਾਤਾਂ ਬਹੁਤ ਮਜ਼ਾ ਆਇਆ ਇੰਨੇ ਗਾਣੇ ਸੁਣ ਲਿਆ ਅੱਜ ਤਾਂ ਇਨਸਟਰੂਮੈਂਟ ਦੇ ਨਾਲ ਸੁਣ ਲਿਆ ਜੀ ਸੋ ਆਲ ਦਾ ਵੈਰੀ ਬੈਸਟ ਫਾਰ ਯੂ ਅਪਕਮਿੰਗ ਪ੍ਰੋਜੈਕਟਸ ਥੈਂਕ ਯੂ ਸੋ ਮੱਚ ਤੁਸੀਂ ਟਾਈਮ ਕੱਢ ਕੇ ਗੱਲਬਾਤ ਕੀਤੀ ਸਾਡੇ ਨਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਇੱਕ ਫਿਰ ਬੇਨਤੀ ਆ ਕਿ ਟਾਈਟਲ ਸਹੀ ਕੱਢ ਕੇ ਲਾਓ ਮੈਂ ਕਹਾਂ ਜੀ ਗੁੱਡੀਆਂ ਪਹਿਲਾਂ ਇੰਟਰਵਿਊਜ਼ ਚੱਲੀਆਂ ਤੁਸੀਂ ਦੱਸ ਦੋ ਕੁਝ ਗਲਤ ਸੀ ਵਿੱਚ ਤੁਸੀਂ ਦੇਖਿਆ ਨਾ ਇੰਟਰਵਿਊ ਸਿੰਗ ਜੀ ਤੁਸੀਂ ਦੱਸੋ ਇਹਨਾਂ ਦਾ ਪਤਾ ਨਹੀਂ ਮੇਰਾ ਬਹੁਤ ਵਧੀਆ ਸੀਗਾ ਹਨਾ ਸੀਗਾ ਤੁਸੀਂ ਦੱਸੋ ਹਾਂ ਨਹੀਂ ਨਹੀਂ ਵੈਸੇ ਤਾਂ ਨਹੀਂ ਨਹੀਂ ਮੈਂ ਤਾਂ ਕੰਪਲੇਂਟ ਹੋ ਮੈਨੂੰ ਲੱਗਦਾ ਕੋਈ ਨਹੀਂ ਮੈਨੂੰ ਨਹੀਂ ਮੈਨੂੰ ਇਹਨਾਂ ਦੇ ਇਹਨਾਂ ਦੱਸੋ ਪਹਿਲਾਂ ਮੈਂ ਕਲੀਅਰ ਕਰੂੰਗੀ ਇਹਨਾਂ ਤੇ ਕੋਈ ਕੰਪਲੇਂਟ ਨਹੀਂ ਮੈਂ ਤਾਂ ਵੈਸੇ ਕਿਸੇ ਦਾ ਨਾਮ ਲਿਆ ਬਈ ਕਈ ਬੰਦੇ ਜਾਂ ਫਿਰ ਚਾਹੁੰਦੇ ਹੋ ਤੁਸੀਂ ਆ ਨਹੀਂ ਮੈਂ ਨਹੀਂ ਚਾਹੁੰਦਾ ਮੈਂ ਤਾਂ ਕੰਟਰੋਵਰਸੀ ਤੋਂ ਕੋਹਾਂ ਦੂਰਾ ਮੈਂ ਤਾਂ ਨਹੀਂ ਨਹੀਂ ਮੈਂ ਤਾਂ ਮੈਂ ਤਾਂ ਪਿਆਰ ਦਾ ਪੁਜਾਰੀ ਆ ਜੀ 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 ਪਿਆਰ ਦੇ ਨਾਲ ਇਹ ਬੰਦੇ ਨੂੰ ਸਾਰਾ ਕੁਝ ਤਿਆਜ ਜਾ ਸਕਦਾ। ਇਹੀ ਹੁਣ ਮੈਂ ਲਿਖਦਾ ਨਾ ਜੀ ਮੈਂ ਤਾਂ ਪਿਆਰ ਦਾ ਪੁਜਾਰੀ ਆ। ਪਿਆਰ ਦਾ ਪੁਜਾਰੀ। ਹਾਂ ਮੁਹੱਬਤ ਪਿਆਰ ਪਿਆਰ ਤਾਂ ਕਿਸੇ ਨਾਲ ਵੀ ਹੋ ਸਕਦਾ। ਜੀ ਆਸ਼ਕ ਨੂੰ ਮਸ਼ੂਕ ਦੇ ਨਾਲ ਪਿਆਰ ਆ। ਜੀ ਜੀ ਆਪਣੇ ਵਤਨ ਨਾਲ ਆਪਾਂ ਨੂੰ ਪਿਆਰ ਆ। 뮤직 ਦੇ ਨਾਲ ਪਿਆਰ ਆ, ਮਾਂ-ਬਾਪ ਦੇ ਨਾਲ ਪਿਆਰ ਆ, ਵਤਨ ਦੇ ਨਾਲ ਪਿਆਰ ਆ, ਬੱਚਿਆਂ ਨਾਲ ਪਿਆਰ ਆ। ਪਿਆਰ ਤਾਂ ਪਿਆਰ ਆ ਜੀ। ਤੁਸੀਂ ਦੱਸ ਦਿਓ ਕੋਈ ਟਾਈਟਲ ਤੁਹਾਡੇ ਮਨ 'ਚ ਹੋਵੇ ਮੈਂ ਕੀ ਲਿਖ ਕੇ ਨਿਊਜ਼ ਲੋਕਾਂ ਤੱਕ ਪਹੁੰਚਾਵਾਂ। ਨਹੀਂ ਤੁਸੀਂ ਜਿੱਦਾਂ ਮਰਜ਼ੀ ਲਿਖ ਦਿਓ ਕੁਝ। ਨਿਜੋਤ ਨੂੰ ਠੀਕ ਲੱਗ ਗਈ ਠੀਕ ਹੈ ਥੈਂਕ ਯੂ ਜੀ ਥੰਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੀ ਜੀ ਮੇਰੇ ਨਾਲ ਉਹ ਟ੍ਰਾਇੰਗਲ ਜਿਨ੍ਹਾਂ ਦਾ ਬੇਸ ਅਬਰੀ ਨਾਲ ਮੈਂ ਤਾਂ ਵੇਟ ਕਰ ਰਹੀ ਸੀ ਡੈਸਪਰੇਟਲੀ ਵੇਟ ਕਰ ਰਹੀ ਸੀ ਕਿ ਮੈਂ ਕਦੋਂ ਇਹਨਾਂ ਤਿੰਨਾਂ ਦੇ ਨਾਲ ਖਾਸ ਗੱਲਬਾਤ ਕਰਾਂ ਔਰ ਤੁਹਾਨੂੰ ਵੀ ਰੂਬਰੂ ਕਰਵਾ ਮੈਂ ਤੇ ਅੱਜ ਜਿਸੀ ਕਰ ਲਿਆ ਨੇ ਢੇਰ ساری ਗੱਲਾਂ ਤੇ ਜਾਣ ਲੈ ਜੀ ਕੀ ਕੀ ਨਵਾਂ ਲੈ ਕੇ ਆ ਰਹੇ ਨੇ ਸੋ ਤੁਸੀਂ ਜੁੜੇ ਰਹੋ ਸਪੋਕਸਮੈਨ ਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਜਸੀ ਦੇ ਨਾਲ ਮਨਪ੍ਰੀਤ ਖੁੱਲਰ ਚੰਡੀਗੜ੍ਹ